ਅਸਲਾਮੁਆਲੇਕਮ ਦੋਸਤੋ ਤੁਸੀਂ ਵੇਖਦੇ ਪਿਓ ਨੀਲੀ ਬ੍ਰਾਂਡ ਟੀਵੀ ਤੇ ਮੈਂ ਆ ਤੁਹਾਡਾ ਮੇਜ਼ਬਾਨ ਸਜਾਦ ਅਕਟਰ ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬਰ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਕਰੋ ਪ੍ਰੈਸ ਤਾਂ ਕਿ ਸਾਡੀ ਨਵੀਂ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚੇ ਮੇਰੇ ਵੀਰਾਂ ਭਰਾਵਾਂ ਤੱਕ ਪੂਸਾਨੀ ਔਰ ਵੀਡੀਓ ਵੇਖਣ ਸਭ ਤੋਂ ਪਹਿਲੇ ਅੱਜ ਭਰਾਵਾਂ ਦੇ ਨਜ਼ਰ ਜਨਾਬ ਤੀਜਾ ਸੁਬਾ ਸੋਈ ਮੱਝ ਦੀ ਵੀਡੀਓ ਲੈ ਕੇ ਹਾਜ਼ਰ ਆਏ ਹਾਂ ਉਮੀਦ ਹੈ ਦੋਸਤਾਂ ਵੀਰਾਂ ਨੂੰ ਪਸੰਦ ਆਵੇਗੀ ਮਾਸ਼ਾਅੱਲਾ ਥੱਬਿਆਂ ਦੇ ਹਵਾਨੇ ਕਿ ਜਿੰਨੂੰ ਕਿਹਾ ਜਾਂਦਾ ਹੈ ਹਵਾਨਾ ਥੱ ਬਰੀਕ 부ਤੀ ਏ ਬਰੀਕ ਹੀ ਤੋਣ ਏ ਮੱਝ ਵੀਰਾਂ ਦੀ ਨਜ਼ਰ ਏ ਚਿੱਟੀਆਂ ਸ਼ਫੈਦ ਅੱਖਾਂ ਚੂਰਖੰਡਾ ਸਿੰਘ ਨੇ ਨਿੱਕੇ ਲਿੱਕੇ ਸਿੰਘ ਲੱਗੇ ਨੇ ਜਨਾਬ ਵੀਰਾਂ ਦੀ ਨਜ਼ਰ ਏ ਬਰੀਕ ਤੋਣ ਏ ਤੁੰਨੀ ਕੁੜੀ ਤੋਂ ਪਾ ਕੇ ਤੇ ਜਿਹੜਾ ਜਨਾਬ ਵੇਖ ਸਕਦੇ ਜਿਵੇਂ ਵਲੈਤਨ ਗਾਂ ਦਾ ਹਵਾਨਾ ਹੁੰਦਾ ਥੱਬਿਆਂ ਦਾ ਹਵਾਨਾ ਜਿਹਨੂੰ ਕਹਿੰਦੇ ਨੇ ਲੋਕ ਵੀਰਾਂ ਦੀ ਨਜ਼ਰ ਏ ਮਾਸ਼ੱਲਾ ਚੈੱਕ ਕਰ ਸਕਦੇ ਹੋ ਗਰੰਟੀਆਂ ਸ਼ੁੱਧਾਂ ਜਨਾਬ ਮੱਝ ਦੀਆਂ ਪਿੱਛੇ ਇਸ ਦੇ ਕੱਟੀ ਏ ਸੂਈ ਨੂੰ ਜਨਾਬ ਦੂਸਰਾ ਦਿਨ ਵੀਰਾਂ ਨੇ ਮਾਸ਼ਾਅੱਲਾ ਦੇਖ ਸਕਦੇ ਆ ਆਰਡਰ ਕੁਆਲਿਟੀ ਇਸ ਦੀ ਮੋਟ ਪਰਥਣ ਪੂਰੀ ਵਿਰਲੇ ਤੇ ਗਿੱਠ-ਗਿੱਠ ਦੀ ਵਿਰਲੇ ਵੀਰਾਂ ਦੀ ਨਜ਼ਰ ਮਾਸ਼ਾਅੱਲਾ ਚੈੱਕ ਕਰ ਸਕਦੇ ਹੋ ਕਿਸੇ ਕਿਸਮ ਦਾ ਇਹਦੇ ਚ ਕੋਈ ਐਬ ਨਹੀਂ ਮਾਸ਼ਾਅੱਲਾ ਥੱਬਿਆਂ ਦੇ ਹਵਾਨੇ ਦੁੱਧ ਦੀ ਨਹਿਰ ਹੈ ਮਾਸ਼ਾਅੱਲਾ ਹਾਜ਼ਰ ਮੌਕੇ ਜਨਾਬ 12 ਲੀਟਰ ਦੁੱਧ ਦੇ ਹਸਤੇ ਥੱਲੇ ਸੋਈ ਨੂੰ ਜਨਾਬ ਅੱਜ ਦੂਸਰਾ ਦਿਨ ਹੈ ਪੀਸ ਦੇ ਕੱਟੀ ਮਾਲਕਾਂ ਦੀ ਡਿਮਾਂਡ 3 ਲੱਖ ਤੇ 20 ਹਜ਼ਾਰ ਰੁਪਿਆ ਮਜ਼ੀਦਾਂ ਵਿੱਚੋਂ 19 ਵੀ ਥੋੜਾ ਬਤਾ ਪਿਆਰ ਮੁਹੱਬਤ ਹੋ ਜਾਏਗਾ ਅਗਰ ਕਿਸੇ ਵੀਰ ਪ੍ਰਾਨ ਨੂੰ ਪਸੰਦ ਆਵੇ ਸਾਡਾ ਰਾਪਤਾ ਨੰਬਰ 0304 5544 153 WhatsApp ਨੰਬਰ ਹੈ ਕਾਲ ਨੰਬਰ ਹੈ ਜਨਾਬ ਤੇ ਹਵਾਨਾ ਵੇਖ ਸਕਦੇ ਤੁੰਨੀ ਤੋਂ ਲੈ ਕੇ ਅਸਾਰ ਤੱਕ ਹਵਾਨਾ ਮੁੱਠ ਪਰ ਥਾਣੇ ਵੀਰਾਂ ਦੀ ਨਜ਼ਰ ਹੈ ਮਾਸ਼ਾਅੱਲਾ ਪਰਨੀਲੀ ਦੀ ਮੱਝੇ ਇੱਕ ਘੱਡੀ ਖੁੱਡਾ ਵੇਖ ਸਕਦੇ ਹੋ ਵੀਰਾਂ ਦੀ ਨਜ਼ਰ ਚਾਰੇ ਹੱਡੀਆਂ ਜਨਾਬ ਐਨ ਚਾਰਾਂ ਨੁਕਰਾਂ ਤੇ ਮਾਸ਼ਾਅੱਲਾ ਇੱਕੋ ਜੀਆਂ ਐਸ ਦੇ ਪਿੱਛੇ ਕੱਟੀ ਏ ਵੀਰਾਂ ਦੀ ਨਜ਼ਰ ਏ ਪਿਛਲੀਆਂ ਲੱਤਾਂ ਸਫੈਦ ਨੇ ਅਗਲੇ ਦੋਵੇਂ ਖੁਰ ਥੋੜੇ ਥੋੜੇ ਸਫੈਦ ਨੇ ਚਿੱਟੀ ਸਫੈਦ ਆਖੇ ਮੱਥਾ ਸਫੈਦ ਏ ਕੱਟੀ ਮਾਸ਼ਾਅੱਲਾ ਬੜੀ ਸੋਹਣੀ ਏ ਵੀਰਾਂ ਦੀ ਨਜ਼ਰ ਏ ਮੱਝ ਵੀ ਮਾਸ਼ਾਅੱਲਾ ਬੜੀ ਫੁੱਲ ਬਰੀਕੀਆਂ ਚੇ ਬਾਰੀਕ ਚੰਬੜੀ ਕਾਗਜ਼ ਵਰਗੀ ਵੀਰਾਂ ਦੀ ਨਜ਼ਰ ਏ ਕਾਸ਼ਾ ਮਾਸ਼ਾਅੱਲਾ ਮੱਛ ਦੇ ਬੜੀ ਪੂਰੇ ਵਜੂਦ ਤੇ ਵੇਖ ਸਕਦੇ ਹੋ ਪਿਓਰ ਨੀਲੀ ਦੀ ਮੱਛ ਹਰ ਇੱਕ ਚੀਜ਼ ਦੇ ਗਰੰਟੀਆਂ ਤਸੱਲੀਆਂ ਜਨਾਬ ਟਰਦੀ ਫਿਰਦੀ ਵੀਰਾਂ ਦੀ ਨਜ਼ਰ ਮਾਲਕਾਂ ਦੀ ਡਿਮਾਂਡ 3 ਲੱਖ ਤੇ 20 ਹਜ਼ਾਰ ਰੁਪਿਆ ਤੇ ਦੁੱਧ ਜਨਾਬ ਇਸ ਥੱਲੇ ਹਾਜ਼ਰ ਮੌਕੇ ਇਸ ਟਾਈਮ ਬੋਲਾ 12 ਲੀਟਰ ਸਾਰਾ ਇਸ ਥੱਲੇ ਜਨਾਬ ਸਾਡਾ ਰابطਾ ਨੰਬਰ 03045544153 ਵਟਸਐਪ ਤੇ ਕਾਲ ਨੰਬਰ ਹੈ ਇਸੇ ਤਰ੍ਹਾਂ ਆਪਣੇ ਵੀਰ ਨੂੰ ਇਜਾਜ਼ਤ ਇੱਕ ਨਵੀਂ ਵੀਡੀਓ ਲੈ ਕੇ ਫਿਰ حاضر ਹੋਵਾਂਗੇ ਜੀ ਅੱਲਾ ਹਾਫਜ਼